ਪਟਿਆਲਾ ਵਿਖੇ ETT ਟੈਟ ਪਾਸ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਆਪਣੇ ਰੋਜ਼ਗਾਰ ਦੀ ਮੰਗ ਦੇ ਲਈ ਪਟਿਆਲਾ ਦੇ ਨਜ਼ਦੀਕ ਬਹਾਦਰਗੜ੍ਹ ਵਿਖੇ 5 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ਉੱਪਰ ਚੜ ਗਏ। ਇਸ ਮੌਕੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਕੋਈ ਹੋਰ ਠੋਸ ਕਦਮ ਚੁੱਕਾਂਗੇ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਮੇਰਾ ਨਾਮ ਆਕਾਸ਼ਦੀਪ ਹੈ ਜੀ। ਆਕਾਸ਼ ਜੀ, ਤੁਸੀਂ ਬਹਾਦਰਗੜ੍ਹ ਟੈਂਕੀ ਤੇ ਚੜ੍ਹੇ ਨੇ, ਤੁਹਾਡੇ ਵਰਕਰ ਕੀ ਮੰਗਾਂ ਨੇ ਆਪਣੀਆਂ? ਸਰ, ਸਾਡੇ ਅਸੀਂ ETT ਟੈਟ ਪਾਸ ਅਧਿਆਪਕ ਹਾਂ ਜੀ, ਬੇਰੁਜ਼ਗਾਰ ਅਧਿਆਪਕ। ਅਸੀਂ 2 ਸਾਲ ਤੋਂ ਸਰਕਾਰ ਦੇ ਪਿੱਛੇ ਫਿਰ ਰਹੇ ਹਾਂ, ਮੀਟਿੰਗਾਂ ਵੀ ਕੀਤੀਆਂ ਨੇ ਜਿਸ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਵੀ ਰੱਖੀਆਂ ਨੇ, ਪਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਹਮੇਸ਼ਾ ਸਾਨੂੰ ਲਾਰੇ ਲਾਏ ਜਾਂਦੇ ਨੇ। ਅਸੀਂ 8 ਤਰੀਕ ਨੂੰ ਅਸੀਂ OP ਸੋਨੀ ਜੀ ਨੂੰ ਮਿਲੇ ਸੀ, ਉਦੋਂ ਉਹਨਾਂ ਨੇ ਕਿਹਾ ਸੀ ਤੁਹਾਡੀ 5000 ਪੋਸਟਾਂ ਦੀ ਪ੍ਰਪੋਜ਼ਲ ਤਿਆਰ ਹੋ ਰਹੀ ਆ। ਜਦੋਂ ਅਸੀਂ 25 ਤਰੀਕ ਨੂੰ ਦੁਬਾਰਾ ਮੀਟਿੰਗ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਕੋਈ ਵੀ ਪੋਸਟ ਦੀ ਕੋਈ ਵੀ ਪ੍ਰਪੋਜ਼ਲ ਕਿਸੇ ਕਿਸਮ ਦੀ ਨਹੀਂ ਤਿਆਰ ਕੀਤੀ ਜਾ ਰਹੀ। ਆਉਣ ਵਾਲੇ ਸਮੇਂ 'ਚ ਫਿਰ ਕਿੱਦਾਂ ਦੀ ਰਣਨੀਤੀ ਰਹੂਗੀ? ਸਰ, ਸਾਡੇ ਸਾਥੀ ਨਾਲ ਸਲਫਾਸ ਦੀਆਂ ਗੋਲੀਆਂ ਪੈਟਰੋਲ ਲੈ ਕੇ ਚੜ੍ਹੇ ਨੇ, ਉਹ ਕਹਿੰਦੇ ਅਸੀਂ ਜਾਣ ਦੀ ਬਾਜ਼ੀ ਲਗਾਵਾਂਗੇ। ਜਿਵੇਂ ਕਿ ਤੁਸੀਂ ਦੇਖਿਆ ਹੀ ਆ, ਪਟਿਆਲਾ ਦੇ ਵਿੱਚ ਪਹਿਲਾਂ ਨਰਸਾਂ ਨੇ ਇੱਕ ਤਿੱਖਾ ਸੰਘਰਸ਼ ਨੂੰ ਰੂਪ ਦਿੱਤਾ, ਅਸੀਂ ਵੀ ਉਹੀ ਕੰਮ ਕਰਾਂਗੇ। ਅਸੀਂ ਵੀ ਆਪਣੀ ਜਾਨ ਦੀ ਬਾਜ਼ੀ ਲਗਾ ਦਾਂਗੇ, ਪਰ ਅਸੀਂ ਆਪਣਾ ਰੁਜ਼ਗਾਰ ਲੈ ਕੇ ਜਾਵਾਂਗੇ, ਆਪਣਾ ਹੱਕ ਲੈ ਕੇ ਜਾਵਾਂਗੇ, ਆਪਣੀ ਰੋਜ਼ੀ ਰੋਟੀ ਦਾ ਬੰਦੋਬਸਤ ਕਰਕੇ ਜਾਵਾਂਗੇ। ਹੁਣ ਜਿਵੇਂ ਟੀਚਰਾਂ ਦੇ ਪਹਿਲਾਂ ਲਾਠੀ ਚਾਰਜ ਹੋਇਆ, ਫਿਰ ਨਰਸਾਂ ਨੇ ਛਾਲ ਮਾਰ ਦਿੱਤੀ ਹੈ, ਤੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਸੰਸਥਾ ਵੀ ਇਹੋ ਰੁੱਖ ਅਪਣਾਉਣਗੇ? ਹੁਣ ਵੀ ਧਰਨੇ ਹੋ ਜਾਣ ਦੋ ਆਪਣੀ ਤਾਂ। ਸਰ, ਕਾਂਗਰਸ ਸਰਕਾਰ ਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਿਆ ਪੰਜਾਬ ਦੇ ਵਿੱਚ ਕਿ ਇਹ ਰੁਜ਼ਗਾਰ ਨਹੀਂ ਦਿੰਦੀ, ਪਰ ਆਪਣੀਆਂ ਤੁਸੀਂ ਦੇਖ ਰਹੇ ਹੋ ਵੀ ਭੱਤੇ ਵੀ ਵਧਾ ਲਏ, ਆਪਣੀਆਂ ਤਨਖਾਹਾਂ ਵੀ ਵਧਾਉਣੀਆਂ, ਆਪਣੀਆਂ ਪੈਨਸ਼ਨਾਂ ਵੀ ਵਧਾਉਣੀਆਂ, ਮੁਲਾਜ਼ਮਾਂ ਲਈ ਇਹਨਾਂ ਲਵੇ ਕੁਛ ਨਹੀਂ। ਹਮੇਸ਼ਾ ਸਾਨੂੰ ਇੱਕੋ ਗੱਲ ਕਹੀ ਜਾਂਦੀ ਹੈ ਕਿ ਖਜ਼ਾਨਾ ਖਾਲੀ ਹੈ। ਖਜ਼ਾਨਾ ਦੱਸਣ ਦਾ ਸਹੀ ਸਾਨੂੰ ਵੀ ਕਦੋਂ ਭਰੇਗਾ, ਕਿੰਨਾ ਕੁ ਭਰੇਗਾ? ਹਰ ਚੀਜ਼ ਦੇ ਉੱਪਰ ਦਾ ਟੈਕਸ ਹੈ, ਫਿਰ ਵੀ ਹਜੇ ਖਜ਼ਾਨਾ ਖਾਲੀ ਆ। ਤਾਂ ਸਰਕਾਰ ਨੂੰ ਇਹ ਕਹਿੰਦੇ ਨੇ ਵੀ ਅਸੀਂ ਫਲਾਣੀ ਸੰਸਥਾ ਠੇਕੇ 'ਤੇ ਦੇਣੀ ਆ, ਢਮਕਾਣੀ ਸੰਸਥਾ ਠੇਕੇ 'ਤੇ ਦੇਣੀ ਆ। ਇੱਕ ਵਾਰ ਸਰਕਾਰ ਨੂੰ ਠੇਕੇ 'ਤੇ ਦੇ ਕੇ ਦੇਖੋ, ਅਸੀਂ ਨੌਜਵਾਨ ਪੀੜ੍ਹੀ ਚਲਾਉਣ ਨੂੰ ਵੀ ਤਿਆਰ ਆ। ਹੁਣ ਆਪਾਂ ਲਾਸਟ ਕੁਐਸਚਨ ਆ ਜੀ, ਵੋਟਰਾਂ ਤੁਸੀਂ ਵੀ ਹਾਂਜੀ ਤਰੀਕੋਂ ਦੇਖਦੇ, ਆਗਾਮੀ ਲੋਕ ਸਭਾ ਚੋਣਾਂ ਆ ਰਹੀਆਂ ਨੇ, ਕੀ ਲੱਗਦਾ ਤੁਹਾਨੂੰ ਵੀ ਸਰ ਵੋਟ ਪਾਉਣਗੇ ਲੋਕ ਤੁਹਾਡੇ ਵਰਗੇ ਜਿਵੇਂ ਬੈਠੇ ਧਰਨੇ 'ਤੇ, ਕਾਂਗਰਸ ਸਰਕਾਰ ਦੁਆਰਾ ਆਊਗੀ? ਸਰ, ਸਾਡੇ ਵੱਲੋਂ ਸਾਡੀ ਯੂਨੀਅਨ ਦੇ ਜਿਹੜੇ ਸਾਥੀ ਨੇ, ਸਾਡੇ ਜੁਝਾਰੂ ਸਾਥੀ ਜਿਹੜੇ ਸਾਡੇ ਤੋਂ ਸੀਨੀਅਰ ਅਧਿਕਾਰੀ ਨੇਗੇ, ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਹੋਇਆ। ਉਹ ਜਿਵੇਂ ਸਾਨੂੰ ਹੁਕਮ ਕਰਨਗੇ, ਜੇ ਸਾਨੂੰ ਬਾਈਕਾਟ ਦਾ ਹੁਕਮ ਹੋਊਗਾ ਤਾਂ ਅਸੀਂ ਕਾਂਗਰਸ ਸਰਕਾਰ ਦਾ ਬਾਈਕਾਟ ਕਰਾਂਗੇ। ਅਸੀਂ ਉਹ ਨਹੀਂ, ਸਾਡੇ ਪਰਿਵਾਰ, ਸਾਡੇ ਰਿਸ਼ਤੇਦਾਰ, ਸਾਡੇ ਸਾਕ ਸੰਬੰਧੀ, ਦੋਸਤ ਮਿੱਤਰ ਸਾਰੇ ਅਸੀਂ ਕਾਂਗਰਸ ਸਰਕਾਰ ਦਾ ਬਾਈਕਾਟ ਕਰਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਦਾ ਜਲੂਸ ਕੱਢ ਦੇਵਾਂਗੇ। ਪ੍ਰਸ਼ਾਸਨ ਨੇ ਸਾਨੂੰ ਫਿਰ ਇੱਕ ਵਾਰ ਮੀਟਿੰਗ ਦਾ ਲਾਰਾ ਲਗਾਇਆ, ਜਿਸ ਵਿੱਚ ਅਸੀਂ ਕਿਹਾ ਵੀ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ, ਪਰ ਅਸੀਂ ਆਪਣਾ ਸੰਘਰਸ਼ ਨਹੀਂ ਰੋਕਣਾ। ਜਦ ਸਾਡੇ ਕੋਈ ਹੱਕ ਦੀ ਗੱਲ ਹੋਏਗੀ, ਜਦ ਸਾਨੂੰ ਕੋਈ ਠੋਸ ਸਬੂਤ ਹੋਏਗਾ, ਸਾਡੀ ਨੋਟੀਫਿਕੇਸ਼ਨ ਜਾਰੀ ਹੋਏਗੀ, ਕਿਸੇ ਅਖਬਾਰ ਜਾਂ TV ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਪਤਾ ਲੱਗੇਗਾ ਕਿ ਸਾਡੀ ਨੋਟੀਫਿਕੇਸ਼ਨ ਜਾਰੀ ਹੋਗੀ, ਅਸੀਂ ਉਦੋਂ ਹੀ ਧਰਨਾ ਸਮਾਪਤ ਕਰਾਂਗੇ। ਅਦਰਵਾਈਜ਼ ਅਸੀਂ ਆਪਣੀ ਜਾਨ ਦੀ ਬਾਜ਼ੀ ਲਗਾ ਦਾਂਗੇ। ਅਸੀਂ ਇਤਿਹਾਸ ਨੂੰ ਦੌਰਾਨ ਆਏ ਹਾਂ ਇੱਥੇ, ਅਸੀਂ ਆਪਣੀ ਜਾਨ ਦੀ ਬਾਜ਼ੀ ਲਗਾਉਣਾ ਹੈ।